ਲੁਧਿਆਣਾ ਦੇ ਵਿੱਚ ਇੱਕ ਪਟਵਾਰੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਟਵਾਰੀ ਕਾਫੀ ਚਰਚਾ ਦੇ ਵਿੱਚ ਹੈ। ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਲੁਧਿਆਣਾ ਦੇ ਬਚਤ ਭਵਨ ਵਿਖੇ ਲੱਗੇ ਆਮ ਲੋਕਾਂ ਦੇ ਇੰਤਕਾਲ ਛੁਡਾਉਣ ਵਾਲੇ ਕੈਂਪ ਦੇ ਵਿੱਚ ਇੱਕ ਅਜਿਹੀ ਗੱਲ ਵੇਖਣ ਨੂੰ ਮਿਲੀ ਜਿਸ ਤੋਂ ਬਾਅਦ ਇਹ ਪਟਵਾਰੀ ਚਰਚਾ ਦੇ ਵਿੱਚ ਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪਟਵਾਰੀ ਆਪਣੀ ਜਮ੍ਹਾਂਬੰਦੀ ਵਾਲੀ ਜਲਦ ਬਚਤ ਭਵਨ ਵਿਖੇ ਹੀ ਭੁੱਲ ਜਾਂਦਾ ਹੈ। ਜਦੋਂ ਪੱਤਰਕਾਰਾਂ ਵੱਲੋਂ ਉਸ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਪਟਵਾਰੀ ਕਹਿੰਦਾ ਕਿ ਮੇਰੀ ਜਲਦ ਹੈ ਹੀ ਨਹੀਂ, ਅਤੇ ਬਾਅਦ ਦੇ ਵਿੱਚ ਉਸ ਨੂੰ ਯਾਦ ਆਉਂਦਾ ਅਤੇ ਕਹਿੰਦਾ ਕਿ ਜਮ੍ਹਾਂਬੰਦੀ ਵਾਲੀ ਜਲਦ ਉਸ ਦੀ ਹੈ। ਦੱਸ ਦਈਏ ਕਿ ਉੱਧਰ ਹੀ ਪੱਤਰਕਾਰਾਂ ਦਾ ਇਹ ਕਹਿਣਾ ਅਤੇ ਲੋਕਾਂ ਦਾ ਇਹ ਕਹਿਣਾ ਕਿ ਜੋ ਪਟਵਾਰੀ ਆਪਣੀ ਜਮ੍ਹਾਂਬੰਦੀ ਵਾਲੀ ਜਲਦ ਨਹੀਂ ਸੰਭਾਲ ਸਕਦਾ, ਉਹ ਆਮ ਲੋਕਾਂ ਦਾ ਕੰਮ ਕੀ ਕਰੇਗਾ। ਲੁਧਿਆਣਾ ਲਾਈਵ ਦੇ ਲਈ ਟੀਮਕਾ ਦੀ ਰਿਪੋਰਟ। ਲੁਧਿਆਣਾ ਦੇ ਵਿੱਚ ਇੱਕ ਪਟਵਾਰੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਟਵਾਰੀ ਕਾਫੀ ਚਰਚਾ ਦੇ ਵਿੱਚ ਹੈ। ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਲੁਧਿਆਣਾ ਦੇ ਬਚਤ ਭਵਨ ਵਿਖੇ ਲੱਗੇ ਆਮ ਲੋਕਾਂ ਦੇ ਇੰਤਕਾਲ ਛੁਡਾਉਣ ਵਾਲੇ ਕੈਂਪ ਦੇ ਵਿੱਚ ਇੱਕ ਅਜਿਹੀ ਗੱਲ ਵੇਖਣ ਨੂੰ ਮਿਲੀ ਜਿਸ ਤੋਂ ਬਾਅਦ ਇਹ ਪਟਵਾਰੀ ਚਰਚਾ ਦੇ ਵਿੱਚ ਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪਟਵਾਰੀ ਆਪਣੀ ਜਮ੍ਹਾਂਬੰਦੀ ਵਾਲੀ ਜਲਦ ਬਚਤ ਭਵਨ ਵਿਖੇ ਹੀ ਭੁੱਲ ਜਾਂਦਾ ਹੈ। ਜਦੋਂ ਪੱਤਰਕਾਰਾਂ ਵੱਲੋਂ ਉਸ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਪਟਵਾਰੀ ਕਹਿੰਦਾ ਕਿ ਮੇਰੀ ਜਲਦ ਹੈ ਹੀ ਨਹੀਂ, ਅਤੇ ਬਾਅਦ ਦੇ ਵਿੱਚ ਉਸ ਨੂੰ ਯਾਦ ਆਉਂਦਾ ਅਤੇ ਕਹਿੰਦਾ ਕਿ ਜਮ੍ਹਾਂਬੰਦੀ ਵਾਲੀ ਜਲਦ ਉਸ ਦੀ ਹੈ। ਦੱਸ ਦਈਏ ਕਿ ਉੱਧਰ ਹੀ ਪੱਤਰਕਾਰਾਂ ਦਾ ਇਹ ਕਹਿਣਾ ਅਤੇ ਲੋਕਾਂ ਦਾ ਇਹ ਕਹਿਣਾ ਕਿ ਜੋ ਪਟਵਾਰੀ ਆਪਣੀ ਜਮ੍ਹਾਂਬੰਦੀ ਵਾਲੀ ਜਲਦ ਨਹੀਂ ਸੰਭਾਲ ਸਕਦਾ, ਉਹ ਆਮ ਲੋਕਾਂ ਦਾ ਕੰਮ ਕੀ ਕਰੇਗਾ। ਲੁਧਿਆਣਾ ਲਾਈਵ ਦੇ ਲਈ ਟੀਮਕਾ ਦੀ ਰਿਪੋਰਟ।